हाय गाइस, वेलकम बैक टू न्यू ब्लॉग। ते अज लापरीत आया वा स्प्रे करन, ते अज हर वारी डैडी हुणी स्प्रे करदे, अज इहदे को आपां करवाउणी भी आउंदी कि नहीं। ते एक होर चैलेंज आ, उह वी आपां करांगे, जिहड़ा कि तुहानूं हुणे दिखावांगे इह वी कर सकदा कि नहीं। ते इह ज़्यादातर लोकां को नहीं हुंदा, ते कल रात इहदे को नहीं हुंदा पिया सी, अज हो गया, पता नहीं किवें कई शायद चेंज दा करके। ते चलो ਉਵੇਂ ਤੁਹਾਨੂੰ ਚੈਲੇਂਜ ਦੱਸਦੇ ਹਾਂ, ਸਿਰ ਤੁਸੀਂ ਵੀ ਟਰਾਈ ਕਰਕੇ ਦੇਖਿਓ। ਹੁਣ ਚੈਲੇਂਜ ਇਹ ਆ ਵੀ ਕਈ ਇੱਦਾਂ ਪਈ ਆ, ਦੇਖੋ ਥੱਲੇ ਇੱਦਾਂ, ਹੈ ਨਾ। ਅਤੇ ਇਹਨੂੰ ਨਾ ਇੱਥੋਂ ਫੜ ਕੇ ਨਾ ਐਂ ਫੜ ਕੇ ਤਾਂ ਇੱਦਾਂ ਹੀ ਤਾਂ ਨੂੰ ਚੱਕਣਾ, ਤਾਂ ਨੂੰ ਸਿੱਧਾ ਇੱਦਾਂ ਹੀ। ਅਤੇ ਵੇਖਦੇ ਲਾਪਰੀ ਚੱਕ ਸਕਦਾ ਕਿ ਨਹੀਂ, ਵੇਖਦੇ ਹਾਂ ਇਹ ਚੱਕ ਸਕਦਾ ਕਿ ਨਹੀਂ। ਚੱਲ ਚੱਕਤੀ, ਫਿਰ ਤਾਂ ਘੁੱਟ ਕੇ ਫੜ ਲਓ। ਬਾਕੀ ਜੇ ਆਪਾਂ ਵਾਰੀ ਵਾਰੀ ਕਰੀ ਜਾਈਏ ਨਾ, ਫਿਰ ਆਪੇ ਹੀ ਗੁੱਟ ਮੁੜ ਲੱਗ ਪੈਂਦਾ। ਗੱਡੀ ਹੈ ਇੱਥੇ ਨੇ ਡੈਡੀ ਪਾਣੀ ਚੁਣੀ ਆ, ਪਾਣੀ ਚ ਪਾਣੀ ਕਿੱਥੇ ਰੱਖੀ ਆ। ਗੰਦ ਵੇਖੋ, ਆ ਲੈ, ਆ ਗੰਦ ਚ ਪਈ ਓਏ, ਲੈ ਲੱਭ ਗਈ ਤੇ ਫੇਰ ਗੰਦ ਤੇ ਚੱਕ ਲਾ, ਕਿਸਮਤ ਨਾਲ ਹੀ ਲੱਭ ਗਈ। ਮੈਂ ਵੈਸੇ ਹੀ ਸੋਚਿਆ, ਮੈਂ ਕਿਹਾ ਗੰਦ ਚੱਕ ਕੇ ਵੇਖ ਲਈਏ, ਗਾਲਾਂ ਨਾ ਪੈਣਗੀਆਂ ਤੇ ਉਹ ਲੱਭ ਗਈ। ਚਲੋ ਆਏ ਪਾਣੀ ਪਾਈਏ, ਲਿਆ ਚਾਬੀ ਆ ਭਾਈ, ਉੱਥੇ ਪਾ ਦਿਓ। ਉਹ ਲਿਆ ਭਰਾਵਾ, ਨੌ ਟੰਗੀਆਂ ਲੱਗਣੀਆਂ, ਲੈ ਆ ਡੋਲੀ ਜਾਂਦਾ ਉੱਤੇ ਲੈ। ਗੱਲ ਬਾਤ ਸਹੀ ਆਈ ਜਾਂਦਾ। ਅੱਜ ਗਾਇ ਹਾਸੇ ਉੜੇ ਲੱਗੀ, ਮੈਂ ਤੇ ਜਸਕਰ ਨੂੰ ਨਾ ਪੇਚੇ ਪਾਉਣੇ ਭਾਈ, ਏਦਾਂ ਮਤਲਬ ਫੋਰਸ ਏਦਾਂ ਆ ਕੇ ਨਾ ਇਹ ਇੱਥੇ ਖੜਾ ਸੀ, ਮੈਂ ਭੱਜ ਕੇ ਆ ਕੇ ਇਹਦੇ ਵਿੱਚ ਵੱਜਣਾ ਸੀ। ਉਹ ਪਤਾ ਕੀ ਬਣਿਆ, ਮੈਂ ਆਪਦੇ ਲੋ ਨਾ ਚਲਾਕੀ ਵਰਤੀ, ਮੈਂ ਭੱਜਾ ਵਿਆਹ ਭੱਜਾ, ਮੈਂ ਕਿਹਾ ਇੱਥੋਂ ਜੰਪ ਮਾਰੂੰਗਾ ਇਹਦੇ ਉੱਪਰ, ਉੱਤੋਂ ਦੀ ਮੈਂ ਜੰਪ ਐ ਮਾਰਿਆ। ਇਹਨੇ ਪਤਾ ਕੀ ਕੀਤਾ, ਇੱਧਰ ਖਾਲਾ ਸੀ, ਇਹਨੇ ਮੈਨੂੰ ਇੱਥੋਂ ਚੱਕ ਕੇ ਤੇ ਇੱਧਰ ਕਰਤਾ, ਐਂ ਕਰਤਾ, ਤੇ ਮੈਂ ਵਿੱਚ ਵੱਜਾ ਜਾ ਕੇ, ਸਾਰੇ ਕੱਪੜੇ ਭਿੱਜ ਗਏ, ਪਜਾਮਾ ਲਾਉਣਾ ਪਿਆ। ਗੁੱਡ ਮਾਰਨਿੰਗ ਸਾਰਿਆਂ ਨੂੰ, ਤੇ ਦੇਖੋ ਇੱਧਰ ਆ ਗਿਆ ਬਲੂੰਗੜੇ, ਤੇ ਵੇਖੋ ਮੈਂ ਕਿੰਨੀ ਕੋਲੇ ਕੀਤਾ, ਸ਼ਾਇਦ ਮੈਂ ਹੱਥ ਵੀ ਲਾ ਲਾ ਇਹਨੂੰ, ਲੈ ਹਲਾ ਲਿਆ। ਇੱਕ ਰਿਕਾਰਡਿੰਗ ਪੰਜੀ ਨਾ ਮਾਰੀ, ਉਹਨੂੰ ਪਤਾ ਹੀ ਨੀ ਲੱਗਾ ਮੈਂ ਹੱਥ ਲਾਉਣ ਡਿਆ, ਹਨਾ ਉਹਨੂੰ ਦੁੱਧ ਦਾਈ ਆ ਵੀ, ਵੇ ਲੋ ਇੰਨਾ ਖਿੱਚ ਗਿਆ। ਰੋਜ਼ ਕੋ ਨੂੰ ਪਰੇ ਬੰਨਣਗੇ ਮੰਮੀ, ਇਹ ਐਵੇਂ ਪੰਜਾ ਮਾਰ ਦੂਗੀ, ਇਹਨੂੰ ਨੀ ਪੜਨਾ। ਬਾਲੀ ਕੋਲੇ ਬੈਠੇ ਦੇਖੋ ਆ ਕੇ, ਆਹ ਸੇਮ ਮਾਂ ਤੇ ਹੀ ਆ ਦੋਵੇਂ। ਗੱਲ ਦੇਖੋ ਦਿਨ 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 ਦਾ ਫਰਕ, ਅੱਜ ਮੈਂ ਇਹਨਾਂ ਦੇ ਕੋਲੇ ਹੀ ਬਹਿ ਗਿਆ, ਜਮਾ ਹੀ ਕੋਲੇ। ਦੇਖੋ ਹੁਣ ਮੰਮੀ ਉਹਨਾਂ ਨੇ ਲੈ ਕੇ ਆਂਦਾ ਦੁੱਧ ਇਹਨਾਂ ਨੂੰ ਪਾਉਣ ਲਈ, ਤੇ ਹੁਣ ਇਹਨਾਂ ਨੇ ਸਗੋਂ ਗਿੱਜਣਾ ਏਦਾਂ। ਲਿਆਈਏ ਤੁਹਾਡੇ ਲਈ ਪੈਡੀਗਰੀ, ਹਾਂ ਮਾਂ ਦਾ ਮੂੰਹ ਹੀ ਤਕੜਾ ਵਾ, ਆਉਂਦਾ ਤਾਂ ਹੈ ਨੀ ਪੂਰਾ। ਆ ਬੈਠਾ ਇੱਕ ਚੁੱਪ ਕਰਕੇ ਦੇਖੋ, ਕਰਦੀਆਂ ਮੰਮੀ ਮੂੰਹ ਏਦਾਂ ਧੋਣੇ ਆ, ਪਾਣੀ ਲਾ ਲੈਣ, ਵੇਖ ਕਿੱਦਾਂ ਧੋਣ ਡਈਆਂ ਆਂਟੀ, ਇੱਧਰ ਵੀ ਲੱਗੀ ਹੋਈ ਉਹ ਉੱਪਰਲੀ, ਹੁਣ ਰੱਜ ਕੇ ਕਹਿੰਦੀ ਹੋਣੀ ਫਿਰ ਜਾਨੀ, ਸ਼ਾਇਦ ਫੇਰ ਪਾਤਾ ਹੋਵੇ ਕੌਲੀ, ਇਹ ਹੀ ਆ ਕੰਮ ਕੇ ਲਓ ਜੀ ਹੋਏ। ਕਿੱਡਾ ਸੋਹਣਾ ਮੂੰਹ ਨਿਕਲ ਆਇਆ, ਆ ਸਾਫ਼ ਹੋ ਗਿਆ ਮੂੰਹ ਹਨਾ,
ਉਹ ਕਿੱਡਾ ਸੋਹਣਾ ਲੱਗਦਾ ਦੇਖੀ ਉਹ ਕਹਿੰਦਾ ਇਧਰੋਂ ਵੀ ਕਰ ਸਿਰ ਕਰਾਉਂਦਾ ਪਿਆ ਵਾ ਦੇਖੋ ਬਿੱਲੀ ਟਾਇਰ ਤੇ ਸੁੱਤੀ ਹੋਈ ਹੁਣ ਟਰੈਕਟਰ ਤੇ ਦੇਖੋ ਬਈ ਹੁਣ ਰੱਜੀ ਦੁੱਧ ਪਾਉਣ ਲੱਗੀ ਤਾਂ ਉਹ ਫੇਰ ਆ ਗਏ ਦੇਖੋ ਇਹ ਸ਼ਹਿਰੋਂ ਆਏ ਰੱਜੀ ਹੁਣੀ ਤੇ ਦੇਖੋ ਸਾਰਾ ਦੁੱਧ ਤੇ ਇਹਨਾਂ ਨੂੰ ਪਾਤਾ ਬੀਬੀ ਬਲੂੰਗੜਿਆਂ ਨੂੰ ਚਾਹ ਤਾਂ ਨੀ ਮਿਲਣੀ ਹੁਣ ਚਾਹ ਨੀ ਮਿਲਣੀ ਹੁਣ ਓਵੇ ਹੋਰ ਲੈ ਆਈ ਸਾਰਾ ਰੱਜ ਕੇ ਮੁੱਕ ਗਿਆ ਦੁੱਧ ਹੁਣ ਚਾਹ ਨੀ ਬਣਨੀ ਬੀਬੀ ਨੂੰ ਚਾਹ ਨੀ ਮਿਲਣੀ ਹੁਣ ਇਧਰ ਵੇਖ ਇੰਨਾ ਸਤਾਉਂਦੇ ਇੰਨਾ ਸਤਾਉਂਦੇ ਆ ਬਸ ਯਾਰ ਹੋਰ ਆ ਜਾਣਗੇ ਤੇ ਫਿਰ ਆ ਗਏ ਸੀ ਇਸ ਹਿਸਾਬ ਨਾਲ ਡਰਦੇ ਆ ਬਿਲਕੁਲ ਨਹੀਂ ਡਰਦਾ ਨਿੱਕਾ ਤੇ ਉਹ ਉਹ ਥੋੜਾ ਘੱਟ ਡਰਦਾ ਤੇ ਉਹ ਪੂਰਾ ਡਰਦਾ ਸਭ ਤੋਂ ਜ਼ਿਆਦਾ ਉਹ ਡਰਦਾ ਉਹ ਨੋਰਮਲ ਡਰਦਾ ਤੇ ਜਿਹੜਾ ਆ ਸਭ ਤੋਂ ਘੱਟ ਡਰਦਾ ਇਹ ਮਾਂ ਤੋਂ ਵੀ ਘੱਟ ਡਰਦਾ ਸੁੱਕਾ ਪਿਆ ਹੀ ਆਪ ਇੰਨਾ ਮਾਏ ਭੁੱਖ ਗਏ ਚਲੋ ਗਾਇਸ ਹੁਣ ਮੈਂ ਬਹੁਤ ਔਖਾ ਕੰਮ ਕਰਕੇ ਆਇਆ ਤੁਹਾਨੂੰ ਨਹੀਂ ਦੱਸ ਸਕਦਾ ਤੁਹਾਡੇ ਲਈ ਉਹ ਸਪੈਸ਼ਲ ਹੀ ਆ ਦੇਖੋ ਇੱਧਰ ਮੈਂ ਲਿਬੜ ਕੇ ਆਇਆ ਬਹੁਤ ਮਿਹਨਤ ਲੱਗੀ ਉਹਦੇ ਤੇ ਬਹੁਤ ਜ਼ਿਆਦੀ ਬੀਬੀ ਕਿਵੇਂ ਆ ਬਿੱਲੀਆਂ ਆਈਆਂ ਸੀ ਹੈ ਮੰਮੀ ਚਾਹ ਦੇ ਦੇ ਪਹਿਲਾਂ ਪਾਣੀ ਲਿਆ ਦਿਓ ਕੋਈ ਅੱਜ ਸੂਈ ਲਾਈ ਬੀਬੀ ਨੇ ਸਿਰ ਚ ਵੇ ਹਾ ਕਿਵੇਂ ਇੱਥੇ ਹੀ ਲਾਉਣੀ ਹੀ ਹੋਰ ਕਿੱਥੇ ਲਾਉਣੀ ਹੀ ਉਹ ਬਿੱਲੀ ਨੂੰ ਦੁੱਧ ਪਾਉਣ ਲੱਗੀ ਰੱਜੀ ਉਹ ਮੈਂ ਮੰਮੀ ਪਾਤਾ ਫੇਰ ਓਹੋ ਮੁੱਕ ਜਾਣਾ ਰੱਜੀ ਫੜੀ ਵੇਖੋ ਗਾਇਸ ਹੱਥ ਚ ਆਉਣ ਲੱਗ ਗਿਆ ਵੇਖੀ ਹੁਣੇ ਰੱਜੀ ਨੇ ਫੜਿਆ ਸੀ ਤੇ ਮੈਂ ਰਿਕਾਰਡ ਨਹੀਂ ਕੀਤਾ ਦੇਖਿਓ ਹੁਣ ਉਹ ਲਾਲ ਤਾਂ ਬਹੁਤਾ ਹੀ ਡਰਦਾ ਉਹ ਇੱਥੇ ਚੜ ਕੇ ਬਹੁਤ ਐਵੇਂ ਹੀ ਆ ਹਣਾ ਵੇਖ ਤੂੰ ਰਾਸ਼ਨ ਲੈਣ ਆਇਆ ਇਹ ਕਿੰਨਾ ਲਈ ਲੈਣ ਲੈ ਕੇ ਆਇਆ ਆਪਣੇ ਜਿਹੜੇ ਓਕੇ ਕੰਮ ਕਰਦੇ ਪਿਆ ਇਹ ਕਾਹ ਲੈ ਕੇ ਆਇਆ ਵਾ ਆ ਤਾਂ ਕੇਕ ਆ ਇੱਕ ਆ ਇੱਕ ਆ ਚਾਹ ਲਈ ਆ ਕਰਕੇ ਇੱਕ ਕੱਢ ਦੇ ਔਰ ਅੱਜ ਕੇ ਭੁੱਖ ਗਏ ਚਾਹ ਸਾਡੇ ਲਈ ਵੱਖਰਾ ਲੈ ਉਹਦਾ ਇੱਕ ਪੈਕ ਅੱਛਾ ਗਾਇਸ ਖਾਣਾ ਕਿਸੇ ਨੇ ਕੇਕ ਅੱਗੇ ਵਾਧੂ ਖਾਣੇ ਹੁੰਦੇ ਸੀ ਆ ਵਲੌਗ ਦਾ ਆਪਾਂ ਕਰਦੇ ਹਾਂ ਹੁਣ ਐਂਡ ਤੇ ਹੋਰ ਕੁਛ ਖਾਸ ਹੈ ਨਹੀਂ ਸੀ ਜੋ ਖਾਸ ਸੀ ਉਹ ਆਪਾਂ ਪਾਤਾ ਜੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕੱਲ੍ਹ ਦੇ ਵਲੌਗ ਦੇ ਵਿੱਚ ਬਾਏ